ਮੈਂ ਪ੍ਰੈਸ ਕਲੱਬ ਮੁਣਕ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਜਿਨ੍ਹਾਂ ਨੇ ਸ਼ਹਿਰ ਵਾਸਤੇ ਜੋ ਕਿ ਹਰ ਸਾਲ ਮੈਡੀਕਲ ਕੈਂਪ ਅੱਖਾਂ ਦਾ ਤੇ ਮੈਡੀਕਲ ਕੈਂਪ ਦੰਦਾਂ ਦਾ ਜਿੰਨੇ ਵੀ ਹੋਰ ਡਾਕਟਰ ਨੂੰ ਬੁਲਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਬਹੁਤ ਵੱਜ ਭਾਰੀ ਇਕੱਠ ਲੋਕਾਂ ਦਾ ਦਿਖ ਰਿਹਾ ਹੈ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ। ਮੈਂ ਪ੍ਰੈਸ ਕਲੱਬ ਦਾ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਵਧਾਈਆਂ ਵੀ ਦਿੰਦਾ ਕਿ ਜਿਹੜੇ ਇਹ ਪ੍ਰੈਸ ਕਲੱਬ ਲੋਕਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਿਹੜੇ ਭਲਾਈ ਦੇ ਕੰਮ ਕਰਦਾ ਰਹਿੰਦਾ ਉਹ ਕਦੇ ਅੱਖਾਂ ਦੇ ਕੈਂਪ ਲਾਉਣਾ, ਮੈਡੀਕਲ ਕੈਂਪ ਲਾਉਣਾ, ਖੂਨਦਾਨ ਕੈਂਪ ਲਾਉਣਾ, ਹੋਰ ਤਰ੍ਹਾਂ ਦੇ ਪੈਨਸ਼ਨਾਂ ਦੇ ਕੈਂਪ ਲਾਉਣਾ, ਹੋਰ ਜਿੰਨੇ ਵੀ ਪ੍ਰੈਸ ਕਲੱਬ ਦੇ ਵੱਲੋਂ ਕੰਮ ਕੀਤੇ ਜਾ ਰਹੇ ਮੈਂ ਉਹਨਾਂ ਦਾ ਸ਼ਲਾਘਾ ਕਰਦਾ ਤੇ ਇਹਨਾਂ ਦਾ ਬਹੁਤ ਬਹੁਤ ਇਹਨਾਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ ਤੇ ਸਾਰੀ ਟੀਮ ਨੂੰ ਵਧਾਈਆਂ ਦਿੰਦਾ। ਧੰਨਵਾਦ। ਪ੍ਰੈਸ ਕਲੱਬ ਮੁਣਕ ਵਧਾਈ ਦਾ ਪਾਤਰ ਹੈ ਵੀ ਜੋ ਹਰ ਸਾਲ ਇਹ ਬਜ਼ੁਰਗ ਜੋ ਆਪਣੇ ਬਜ਼ੁਰਗ ਹੈ ਉਹਨਾਂ ਦਾ ਅੱਖਾਂ ਦਾ ਆਪਰੇਸ਼ਨ ਹੈ, ਉਹਨਾਂ ਦੇ ਲੈਂਸ ਜੋ ਪਵਾਉਂਦੇ ਨੇ, ਤਕਰੀਬਨ ਹਰ ਸਾਲ 100 ਤੋਂ 150 ਜੋ ਆਪਰੇਸ਼ਨ ਹੈ ਪ੍ਰੈਸ ਕਲੱਬ ਵੱਲੋਂ ਕਰਾਏ ਜਾਂਦੇ ਨੇ ਜਿਹਦੇ ਲਈ ਲੋੜਵੰਦ ਲੋਕਾਂ ਦੇ ਆਪਰੇਸ਼ਨ ਹੋ ਜਾਂਦੇ ਨੇ ਤੇ ਅਸੀਂ ਹਰ ਟਾਈਮ ਪ੍ਰੈਸ ਕਲੱਬ ਦੇ ਨਾਲ ਹਾਂ ਤੇ ਇਹਨਾਂ ਨੂੰ ਇਹ ਪ੍ਰੋਮਿਸ ਕਰਦੇ ਹਾਂ ਵੀ ਜਦੋਂ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਹਾਂ ਤੇ ਇਸ ਤਰ੍ਹਾਂ ਦਾ ਸਮਾਜ ਸੇਵਾ ਦਾ ਕੰਮ ਹੈ ਜੋ ਉਹ ਜ਼ਰੂਰ ਕਰਦੇ ਰਹਿਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਨੂੰ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਇਹ ਮਹਾਂਵਾਕਾਂ ਅਨੁਸਾਰ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਪੂਰਨਿਆਂ ਦੇ ਚਲਦਿਆਂ ਅੱਜ ਪ੍ਰੈਸ ਕਲੱਬ ਨੇ ਅੱਖਾਂ ਦੇ ਆਪਰੇਸ਼ਨ, ਲੈਂਜ ਪਾਉਣ ਦਾ ਕੰਮ, ਦੰਦਾਂ ਦੀ ਦੇਖਭਾਲ, ਦੰਦਾਂ ਸੰਬੰਧੀ ਕੈਂਪ ਅਤੇ ਹੋਰ ਜਨਰਲ ਰੋਗਾਂ ਦੇ ਕੈਂਪ ਲਾ ਕੇ ਮਨੁੱਖਤਾ ਦੀ ਜੋ ਸੇਵਾ ਕੀਤੀ ਹੈ ਇਹ ਸਲਾਹਣਯੋਗ ਹੈ। ਹੁਕਮੀ ਆਵੇ ਸਭ ਕੋ, ਬਾਹਰ ਹੁਕਮ ਨਾ ਕੋਈ। ਮਹਾਰਾਜ ਨੇ ਜੋ ਕਿਸੇ ਨੂੰ ਤਾਕਤ ਬਖਸ਼ੀ ਹੈ, ਜਿਹੜਾ ਉਸ ਅਕਾਲ ਪੁਰਖ ਦਾ ਹੁਕਮ ਹੁੰਦਾ ਉਹੀ ਕੁਛ ਹੁੰਦਾ। ਇਹ ਸਾਡਾ ਕੋਈ ਉਪਰਾਲਾ ਹੈ ਜਿਹੜਾ ਕੋਈ, ਇਹ ਕਿਸੇ ਦੇ ਮਨੁੱਖਤਾ ਤੇ ਆਸਾਨ ਨਹੀਂ ਹੈ। ਸਾਨੂੰ ਪਰਮਾਤਮਾ ਨੇ ਗਰੀਬ ਗੁਰਬੇ ਦੀ ਸੇਵਾ ਕਰਨ ਵਾਸਤੇ ਭੇਜਿਆ ਤਾਂ ਸਾਨੂੰ ਸੇਵਾ ਜਿਤਨੀ ਹੋ ਸਕੇ ਹਰ ਇਨਸਾਨ ਨੂੰ ਕਰਨੀ ਬਣਦੀ ਹੈ ਤੇ ਕਰਨੀ ਚਾਹੀਦੀ ਹੈ ਤੇ ਕਰਦੇ ਰਹਿਣਾ ਚਾਹੀਦਾ ਤੇ ਮੈਂ ਆਸ ਰੱਖਦਾ ਸਾਡੇ ਪੱਤਰਕਾਰ ਸਾਹਿਬ ਪ੍ਰਤਾਪ ਸਿੰਘ ਜੀ ਖਰਾਣਾ ਸਾਹਿਬ, ਉਸ ਤੋਂ ਪਹਿਲਾਂ ਸਾਡੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਭੀਮ ਸੈਨ ਜੀ ਗਰਗ ਸਾਹਿਬ, ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਪ੍ਰੈਸ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਉਪਰੰਤ ਆਪਾਂ ਅੱਗੇ ਮਰੀਜ਼ਾਂ ਦੀ ਜਿਹੜੀ ਗੱਲ ਕਰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪੂਰੀਆਂ ਤਿਆਰੀਆਂ, ਮਰੀਜ਼ਾਂ ਦੇ ਪੂਰੇ ਚੈੱਕਅਪ ਹੋ ਰਹੇ ਹਨ। ਇੱਥੇ ਜੋ LIC ਤੋਂ, LIC ਬ੍ਰਾਂਚ ਸੰਗਰੂਰ ਤੋਂ ਪਵਨ ਕੁਮਾਰ ਮਦਾਨ ਜੀ, ਜੋ ਕਿ DO ਨੇ ਬ੍ਰਾਂਚ ਸੰਗਰੂਰ ਦੇ, ਉਹ ਇਸ ਕੈਂਪ ਦੇ ਵਿੱਚ ਆਏ ਨੇ, ਉਹ ਆਪਣੇ ਵਿਚਾਰ ਰੱਖੇ। ਮੈਂ ਪ੍ਰੈਸ ਕਲੱਬ ਮੁਣਕ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਸਨਮਾਨ ਦਿੱਤਾ।
ਇਹਨਾਂ ਦੇ ਧੰਨਵਾਦ ਵੀ ਕਰਦਾ ਤੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ, ਸਲਾਹਕਾਰੀ ਉਹ ਕੰਮ ਕੀਤਾ ਸਾਰੇ ਪਿੰਡਾਂ ਵਾਲਿਆਂ ਵਾਸਤੇ, ਨੇੜੇ ਦੇ ਇਸ ਇਲਾਕੇ ਵਿੱਚ ਜ਼ਰੂਰਤ ਵੀ ਸੀਗੀ ਤੇ ਇਸ ਇਲਾਕੇ ਦੇ ਜਿਹੜੇ ਲੋਕ ਜ਼ਿਆਦਾ ਮੈਡੀਕਲ ਸਹੂਲਤਾਂ ਵੀ ਪੱਖੋਂ ਥੋੜ੍ਹਾ ਪਿੱਛੇ ਨੇ, ਇਸ ਕਰਕੇ ਇਹ ਕਲੱਬ ਨੇ ਬਹੁਤ ਸਲਾਹਕਾਰੀ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਉਮੀਦ ਹੈ ਵੀ ਇਹ ਕੰਮ ਕਰਦੇ ਰਹਿਣਗੇ ਤੇ ਜਿੱਥੇ ਪੱਤਰਕਾਰਤਾ ਦੇ ਨਾਲ ਸਮਾਜ ਸੇਵਾ ਦਾ ਵੀ ਕੰਮ ਨਾਲ ਕਰਦੇ ਨੇ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਕਲੱਬ ਸਮਾਜ ਸੇਵਾ ਵੀ ਕਰ ਰਿਹਾ ਨਾਲ ਨਾਲ ਦੂਜਾ ਚੌਥਾ ਸਤੰਭ ਹੋਣ ਦੇ ਨਾਤੇ ਪੱਤਰਕਾਰਤਾ ਦੇ ਖੇਤਰ 'ਚ ਵੀ ਆਪਣਾ ਯੋਗਦਾਨ ਪਾ ਰਿਹਾ। ਹੁਣ ਸਾਡੇ ਨਾਲ ਸੁਰਿੰਦਰ ਕੁਮਾਰ ਜੀ ਗਰਗ ਸਾਹਿਬ, ਜੋ ਕਿ ਸਤਿਕਾਰਯੋਗ ਸਾਡੇ ਸੀਨੀਅਰ ਪੱਤਰਕਾਰ ਸਾਹਿਬ ਪ੍ਰੈਸ ਕਲੱਬ ਬਾਰੇ ਜਾਣਕਾਰੀ ਦੇਣਗੇ, ਜੋ ਕਿ ਸਾਰ ਚੌਥਾ ਜਿਹੜਾ ਕੈਂਪ ਲਾਇਆ। ਹਾਂਜੀ ਗਰਗ ਸਾਹਿਬ, ਮੈਂ ਪ੍ਰੈਸ ਕਲੱਬ ਦਾ ਚੇਅਰਮੈਨ ਹਾਂਗਾ। ਸਾਡਾ ਮਕਸਦ ਸਮਾਜ ਸੇਵਾ ਕਰਨਾ, ਸਾਡਾ ਮਕਸਦ ਇਲਾਜ ਕੋਲੋਂ ਕੋਈ ਵੀ ਇਨਸਾਨ ਵਾਂਝਾ ਨਾ ਰਹੇ। ਸਾਡਾ ਇਹ ਅੱਖਾਂ ਦਾ ਆਪਰੇਸ਼ਨ ਕੈਂਪ ਚੌਥਾ ਆਪਰੇਸ਼ਨ ਕੈਂਪ ਹੈਗਾ। ਅਸੀਂ ਸਮੇਂ ਸਮੇਂ ਸਿਰ ਅੱਖਾਂ ਦੇ ਆਪਰੇਸ਼ਨ ਕੈਂਪ, ਬਲੱਡ ਡੋਨੇਸ਼ਨ ਕੈਂਪ ਤੇ ਵੈਕਸੀਨ ਦੇ ਕੈਂਪ ਲਵਾਉਂਦੇ ਰਹਿੰਦੇ ਹਾਂਗੇ। ਦੇਖੋ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਇਸ ਵਿਸ਼ੇ ਦੇ ਉੱਤੇ। ਸਾਡਾ ਮਕਸਦ ਗਰੀਬ ਲੋਕ ਜਿਹੜੇ ਅਤਿ ਗਰੀਬ ਨੇ, ਦਵਾਈ ਨਹੀਂ ਲੈ ਸਕਦੇ, ਇਲਾਜ ਨਹੀਂ ਕਰਾ ਸਕਦੇ, ਅਸੀਂ ਉਹਨਾਂ ਦੀ ਵੀ ਮਦਦ ਕਰ ਦਿਆਂਗੇ ਤੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਵੀ ਮਦਦ ਕਰ ਦਿਆਂਗੇ ਵੀ ਜਿਵੇਂ ਐਤਕੀ ਸਹਿਯੋਗ ਕੀਤਾ ਹੈਗਾ ਇਸ ਤਰ੍ਹਾਂ ਸਾਡਾ ਸਹਿਯੋਗ ਕਰਦੇ ਰਹਿਣ, ਤਾਂ ਕਿ ਅਸੀਂ ਇਹ ਮਕਸਦ ਦੇ ਵਿੱਚ ਪੂਰੇ ਚੜੀਏ ਤੇ ਅਸੀਂ ਲੋਕਾਂ ਦਾ ਇਲਾਜ ਕਰਾਉਂਦੇ ਰਹੀਏ। ਧੰਨਵਾਦ ਜੀ। ਅੱਜ ਵਰਿੰਦਰ ਕੌਲ ਜੀ ਵੀ ਆਏ ਨੇ, ਐਮਐਲਏ ਸਾਹਿਬ ਇੱਥੇ ਤੇ ਸਾਬਕਾ ਪ੍ਰਧਾਨ ਪੀਪ ਸਿੰਘ ਗਰਗ ਤੇ ਇੰਟਰਸਟ ਦੇ ਹੰਸਰਾਜ ਗਰਗ ਦੇ, ਉਹਨਾਂ ਦੇ ਵੀ ਪਹੁੰਚੇ ਨੇ ਚੇਤੇ ਤੌਰ ਤੇ। ਅਸੀਂ ਸਭ ਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਫਰਜ਼ ਹੈ ਵੀ ਅੱਖਾਂ ਦਾ ਕੈਂਪ ਲਵਾਉਣਾ, ਸਾਡਾ ਫਰਜ਼ ਹੈ ਦਵਾਈਆਂ ਦੇਣਾ, ਸਾਡਾ ਫਰਜ਼ ਹੈ ਲੋਕਾਂ ਦੀ ਸਮਾਜ ਸੇਵਾ ਕਰਨਾ। ਅਸੀਂ ਲੋਕਾਂ ਤੋਂ ਆਸ ਕਰਦੇ ਹਾਂ ਤੇ ਕਰਦੇ ਰਹਾਂਗੇ। ਸਭ ਦਾ ਧੰਨਵਾਦ ਜੀ। ਸਾਡੇ ਦਿਨੇਸ਼ ਜਨੇਜਾ ਜੀ ਜੋ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਨੇ, ਇਹਨਾਂ ਨੇ LBS ਨਿਊਜ਼ ਨੂੰ ਪੂਰਨ ਤੌਰ ਤੇ ਜਾਣਕਾਰੀ ਦਿੱਤੀ। ਹੁਣ ਆਪਾਂ ਅੱਗੇ ਤੁਹਾਨੂੰ ਮਰੀਜ਼ ਦਿਖਾਵਾਂਗੇ ਵੀ ਕਿਵੇਂ ਦਵਾਈ ਲੈ ਰਹੇ ਨੇ ਬੜੀ ਅਮਨ ਸ਼ਾਂਤੀ ਦੇ ਨਾਲ। ਬਾਕੀ ਪ੍ਰਬੰਧ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ।